ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਅੰਮ੍ਰਿਤਾ ਮਦਾਨ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਇਸ ਖਾਸ ਸ਼ੋਅ ਵਿੱਚ। ਦਰਸ਼ਕੋ, ਸ਼ੋਅ ਵਿੱਚ ਅਸੀਂ ਹਰ ਵਾਰ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਆਪਣੇ ਕਿਸੇ ਨਾ ਕਿਸੇ ਇੱਕ ਕਲਾਕਾਰ ਦੇ ਨਾਲ, ਤੇ ਅੱਜ ਜਿਨ੍ਹਾਂ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਉਹ ਨੇ ਜੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇੱਕ ਉਭਰਦੇ ਹੋਏ ਕਲਾਕਾਰ। ਜੀ ਹਾਂ ਦਰਸ਼ਕੋ, ਮੈਂ ਗੱਲ ਕਰ ਰਹੀ ਹਾਂ ਸੰਜੂ ਟੋਰੋਵਾਲ ਦੀ, ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਸਾਨੂੰ ਸਭ ਨੂੰ ਆਪਣਾ ਫੈਨ ਬਣਾ ਲਿਆ। ਸੰਜੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਸ਼ੋਅ ਵਿੱਚ। ਸਤਿ ਸ਼੍ਰੀ ਅਕਾਲ ਸਾਰੇ ਜਿਹੜੇ ਸ਼ਰੋਤੇ ਦੇਖ ਰਹੇ ਆ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਸੰਜੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੇ ਦੱਸੋ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ, ਤੁਹਾਡੇ ਪਰਿਵਾਰ 'ਚ ਕੌਣ ਕੌਣ ਹੈ? ਮੇਰਾ ਪਿੰਡ ਮੈਮ ਟੋਰੋਵਾਲ ਹੈ, ਗੜਸ਼ੰਕਰ ਤੋਂ ਆਨੰਦਪੁਰ ਸਾਹਿਬ ਰੋਡ 'ਤੇ ਜੀ, ਡਿਸਟ੍ਰਿਕਟ SBS ਨਗਰ। ਅਤੇ ਮੇਰੇ ਘਰ 'ਚ ਮਾਤਾ ਜੀ ਨੇ ਮੇਰੇ, ਅਤੇ ਵਾਈਫ ਹੈ, ਇੱਕ ਬੇਟਾ ਛੋਟਾ ਸਾਲਕ ਦਾ ਨਿਰਭੈ, ਅਤੇ ਦੀਦੀ ਹੈ ਮੇਰੇ ਬੜੇ, ਅਤੇ ਭਾਣਜਾ ਭਾਣਜੀ ਉਹ ਵੀ ਸਾਡੇ ਕੋਲ ਰਹਿੰਦੇ ਹੈਗੇ ਜੀ। ਜੀ, ਤੁਹਾਡੀ ਫੈਮਿਲੀ 'ਚ ਵੀ ਕੋਈ ਗਾਉਂਦਾ ਸੀ? ਨਹੀਂ ਮੈਮ, ਫੈਮਿਲੀ 'ਚ ਕੋਈ ਨਹੀਂ ਹੈ। ਫਿਰ ਤੁਹਾਨੂੰ ਗਾਉਣ ਦਾ ਸ਼ੌਂਕ ਕਿੱਥੋਂ ਪੈਦਾ ਹੋਇਆ? ਗਾਉਣ ਦਾ ਸ਼ੌਂਕ ਮੈਮ ਸਕੂਲ ਟਾਈਮ ਤੋਂ, ਸਿੰਗਰਸ ਨੂੰ ਮਾਨ ਸਾਹਿਬ ਮੇਰੇ ਵੱਡੇ ਆਈਡਲ ਨੇ ਮੇਰੇ ਜੀ, ਅਤੇ ਉਹਨਾਂ ਨੂੰ ਦੇਖ ਦੇਖ ਕੇ। ਹੋਰ ਬਹੁਤ ਪੰਜਾਬ ਮਿਊਜ਼ਿਕ ਇੰਡਸਟਰੀ 'ਚ ਬਹੁਤ ਵੱਡੇ ਸਿਤਾਰੇ ਹੋਏ ਆ ਨਾ, ਵੱਡੇ ਫਨਕਾਰ ਹੋਏ ਆ, ਜਿਹਨਾਂ ਨੂੰ ਦੇਖ ਕੇ ਓਬਵੀਅਸਲੀ ਬਹੁਤ ਜਣੇ ਆਈਡਲ ਨੇ ਜੀ, ਬਹੁਤ ਜਣੇ ਦੇ ਆਈਡਲ ਨੇ ਉਹ, ਉਹਨਾਂ ਨੂੰ ਦੇਖ ਦੇਖ ਕੇ ਬਸ ਮੈਂ ਗਾਣਾ, ਕਿਉਂਕਿ ਮੇਰੇ ਆਲੇ ਦੁਆਲੇ ਏਰੀਏ 'ਚ ਹੁਣ ਥੋੜ੍ਹੇ ਟਾਈਮ ਤੋਂ ਜਿਹੜੇ ਗਵਾਈਏ ਨੇ ਉਹ ਹੁਣ ਕੰਮ ਕਰ ਰਹੇ ਆ ਜੀ, ਅਤੇ ਲਿਖਣ ਵਾਲਾ ਵੀ ਕੋਈ ਨਹੀਂ ਸੀ, ਅਤੇ ਫਿਰ ਹੌਲੀ ਹੌਲੀ ਗਾਉਣ ਤੋਂ ਬਾਅਦ ਕਾਲਜ ਟਾਈਮ ਤੋਂ ਬਾਅਦ ਲਿਖਣਾ ਸ਼ੁਰੂ ਕਰ ਲਿਆ ਜੀ। ਜੀ, ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਜੀ, ਅਤੇ ਜਦੋਂ ਤੁਸੀਂ ਲਿਖਦੇ ਹੋ ਕਿਹੜੇ ਕਿਹੜੇ ਥੋਟਸ ਤੁਹਾਡੇ ਮਨ 'ਚ ਆਉਂਦੇ ਨੇ ਜਿਹਦੇ ਨਾਲ ਤੁਸੀਂ ਗਾਣੇ ਲਿਖਦੇ ਹੋ? ਥੋਟ ਮੈਮ ਪਹਿਲਾਂ ਜਦੋਂ ਲਿਖਣਾ ਸ਼ੁਰੂ ਕੀਤਾ ਸੀ ਉਦੋਂ ਤਾਂ ਸੈਡ ਸੌਂਗ ਤੋਂ ਸ਼ੁਰੂ ਕੀਤਾ ਜੀ, ਹੈ ਨਾ ਜੀ, ਜਾਂ ਜਿਹੜੇ ਡੀ ਜੇ ਵਾਲੇ ਸੌਂਗ ਹੁੰਦੇ ਆ ਨੱਚਣ ਟੱਪਣ ਵਾਲੇ, ਹਰੇਕ ਬੰਦੇ ਦਾ ਇੱਕ ਮਨ ਇੱਛਾ ਹੁੰਦੀ ਹੈ ਵੀ ਯਾਰ ਮੇਰੇ ਵੀ ਗੀਤ ਨਾ ਬਾਕੀ ਸਿੰਗਰਾਂ ਵਾਂਗੂ ਚੱਲਦੇ ਹੋਣ। ਪਰ ਪਿਛਲੇ ਥੋੜ੍ਹੇ ਲੰਬੇ ਟਾਈਮ ਤੋਂ ਸਟਰਗਲ ਕਰ ਰਹੇ ਹਾਂ, ਕਾਫੀ ਗੀਤ ਸੀ ਜਿਹੜੇ ਸੁਪਰ ਡੁਪਰ ਹਿੱਟ ਗਏ ਆ ਮਾਰਕੀਟ 'ਚ ਮੇਰੇ ਦਿੱਤੇ ਹੋਏ, ਅਤੇ ਉਹਨਾਂ 'ਚ ਨਾ ਹੀ ਨਹੀਂ ਸੀ ਮੇਰਾ ਮੈਂਸ਼ਨ, ਹੈ ਨਾ, ਕਿਉਂਕਿ ਇਹ ਇੱਕ ਇੱਕ ਨੈਗੇਟਿਵ ਵੇ ਹੈ ਇਹ, ਕਿਉਂਕਿ ਜਿਹੜੇ ਸਟਰਗਲਰ ਲੋਕ ਆ ਉਹਨਾਂ ਨਾਲ ਘਾਣ ਹੁੰਦਾ ਹੀ ਆਇਆ ਇੰਡਸਟਰੀ 'ਚ, ਹੈ ਨਾ, ਬੜੇ ਘੈਂਟ ਘੈਂਟ ਕਲਾਕਾਰ ਹੈ ਜਿਹੜੇ ਉਹ ਜਿਹੜੇ ਸਟਰਗਲਰ ਲੋਕ ਨੇ, ਕਿਉਂਕਿ ਉਹਨਾਂ ਦੇ ਇਸ ਤਸ਼ੱਦਦ ਕਰਕੇ ਨਾ ਬਹੁਤ ਲੋਕ ਲਿਖਣ ਤੋਂ ਹਟ ਜਾਂਦੇ ਆ, ਇਹ ਇੰਡਸਟਰੀ ਛੱਡ ਜਾਂਦੇ ਆ, ਉਹ ਬੜਾ ਮਾੜਾ ਹੈ ਨਾ, ਅਤੇ ਮੈਂ ਵੀ ਉਸ ਤਸ਼ੱਦਦ ਦਾ ਸ਼ਿਕਾਰ ਹੋਇਆ, ਮੇਰੇ ਨਾਲ ਵੀ ਉਹ ਘਾਣ ਹੋਈ ਹੈ ਨਾ, ਅਤੇ ਮੈਂ ਉਹਨਾਂ ਚੀਜ਼ਾਂ ਨੂੰ ਚਲੋ ਪਿੱਛੇ ਸਿੱਟ ਕੇ ਲੱਗੇ ਹੋਏ ਸੀ, ਲੜਦੇ ਪਏ ਸੀ, ਹੈ ਨਾ, ਉਹ ਬੜਾ ਖੂਬ ਕਿਹਾ ਕਿਸੇ ਨੇ, ਕਹਿੰਦੇ ਕਿ ਦਿਲਾਂ ਨਾਲ ਹੌਸਲੇ ਟਾਵੀ, ਇਸ਼ਕ ਦੀ ਖੇਡ ਖੇਡੀ ਜਾਂ ਖਿਡਾਰੀ ਜਿੱਤ ਵੀ ਜਾਂਦੇ ਨੇ, ਖਿਡਾਰੀ ਹਰ ਵੀ ਜਾਂਦੇ ਨੇ, ਹੈ ਨਾ, ਅਤੇ ਤੁਰੇ ਹੋਏ ਸੀ, ਅਤੇ ਅੱਜ ਪਰਮਾਤਮਾ ਨੇ ਇੱਕ ਮੰਜ਼ਿਲ ਦਿੱਤੀ ਹੈ, ਸ਼ਰੋਤੇ ਪਿਆਰ ਦੇ ਰਹੇ ਕਲਾਕਾਰੀਆਂ ਗੀਤ ਨੂੰ। ਗੀਤਕਾਰੀ ਦੀ ਜਿਹੜੀ ਗੱਲ ਸੀ, ਮੈਂ ਪਹਿਲਾਂ ਮਨ 'ਚ ਆਉਂਦਾ ਹੁੰਦਾ ਸੀ ਵੀ ਸਾਡੇ ਸੈਡ ਸੌਂਗ, ਰੋਮੈਂਟਿਕ ਸੌਂਗ ਜਾਂ ਬੀਟ ਸੌਂਗ ਹੈ ਜਿਹੜੇ, ਹੈ ਨਾ, ਵੀ ਮਾਰਕੀਟ 'ਚ ਆਉਣ ਉਹ, ਪਰ ਥੋੜ੍ਹੇ ਟਾਈਮ ਤੋਂ ਗਾਇਕੀ ਗੀਤਕਾਰੀ ਹੈ ਜਿਹੜੀ ਉਹ ਤੁਰੇ ਹੋਰ ਪਾਸੇ ਨੂੰ ਪਈ ਹੈ, ਯਾਨੀ ਕਿ ਇਹੋ ਜਿਹੇ ਹਾਲਾਤ ਹੋ ਗਏ ਵੀ ਕਈ ਮਹਿਫਲਾਂ 'ਚ ਤਾਂ ਅਸੀਂ ਬੈਠ ਕੇ ਕਹਿ ਹੀ ਨਹੀਂ ਸਕਦੇ ਵੀ ਮੈਂ ਲਿਖਦਾ ਜਾਂ ਮੈਂ ਗਾਉਂਦਾ, ਹੈ ਨਾ, ਕਿਉਂਕਿ ਲੋਕ ਅੱਖ ਬਹੁਤ ਚੁੱਕੇ ਆ ਸ਼ੋਰ ਸ਼ਰਾਬੇ ਵਾਲੀ ਗੀਤਕਾਰੀ ਗਾਇਕੀ ਤੋਂ, ਅਤੇ ਜਿੱਥੇ ਬੈਠ ਜਾਓ ਅਗਲਾ ਉਹ ਵੀ ਬਹੁਤ ਗਲਤ ਬੋਲਦਾ ਨਾ, ਅਤੇ ਉਹਦੇ ਕਰਕੇ ਫਿਰ ਇਹ ਕਲਾਕਾਰੀਆਂ ਥੋਟ ਹੈ, ਜਾਂ ਫਿਰ ਮੇਰੀ ਲਿਖਣ ਦੀ ਜਿਹੜੀ ਸ਼ੈਲੀ ਹੈ ਜਿਹੜੀ ਬਦਲੀ ਹੈ ਉਹ ਇਹਦੇ ਕਰਕੇ ਬਦਲੀ ਹੈ ਵੀ ਜੇ ਮੈਂ ਵੀ ਕਹਾਂ ਕਿ ਮੈਂ ਰੋਮੈਂਟਿਕ ਸੌਂਗ ਕਰਨਾ ਜਾਂ ਨੱਚਣ ਟੱਪਣ ਵਾਲਾ ਕਰਨਾ ਜਾਂ ਸੈਡ ਸੌਂਗ ਕਰਨਾ, ਉਹ ਤਾਂ ਆਲਰੇਡੀ ਬਹੁਤ ਹੋ ਰਹੇ ਹੈ ਨਾ, ਸਮੇਂ ਦੇ ਜਿਹੜੇ ਗਾਇਕ ਅਤੇ ਗੀਤਕਾਰ ਹੁੰਦੇ ਆ ਉਹਨਾਂ ਦਾ ਹੱਕ ਬਣਦਾ ਹੁੰਦਾ ਵੀ ਜਿਹੜੀਆਂ ਪ੍ਰੋਬਲਮ ਨੇ, ਜਿਹੜੀਆਂ ਸਮਾਜਿਕ ਕੁਰੀਤੀਆਂ ਨਾ, ਉਹਨਾਂ 'ਤੇ ਜ਼ਰੂਰ ਬੋਲਿਆ ਜਾਵੇ, ਕਿਉਂਕਿ ਉਹਨਾਂ ਨੂੰ ਲੋਕ ਫੋਲੋ ਕਰਦੇ ਹੁੰਦੇ, ਸੁਣਦੇ ਹੁੰਦੇ ਆ, ਸਾਡੇ ਹੱਕ ਬਣਦੇ ਹੁੰਦੇ ਇਹ, ਸਾਡਾ ਹੱਕ ਇਕੱਲਾ ਇਹੀ ਨਹੀਂ ਬਣਦਾ ਵੀ ਅਸੀਂ ਕਿਤੇ ਇੰਟਰਟੇਨਮੈਂਟ ਹੀ ਨਹੀਂ ਸਾਡਾ ਇਕੱਲਾ ਸਾਧਨ ਹੁੰਦਾ, ਇਨ ਫਿਊਚਰ ਅਸੀਂ ਕਮਰਸ਼ੀਅਲ ਕੰਮ ਕਰਾਂਗੇ, ਪਰ ਇਹ ਚੀਜ਼ਾਂ ਬਹੁਤ ਲੋੜੀਂਦੀਆਂ ਇਹ ਸਮਾਜ ਵਾਸਤੇ, ਇਹ ਉਹਦੇ ਅਕੋਰਡਿੰਗ ਹੀ ਹੈ ਜਿਹੜਾ ਕਲਾਕਾਰੀਆਂ ਸੌਂਗ ਕੀਤਾ ਰਹੇ। ਜਦੋਂ ਜਿਹੜਾ ਤੁਸੀਂ ਕਲਾਕਾਰੀਆਂ ਸੌਂਗ ਕੀਤਾ ਉਹਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ, ਅਤੇ ਸਾਡੇ ਦਰਸ਼ਕਾਂ ਲਈ ਉਹ ਹੋ ਜਾਵੇ। ਹਾਂਜੀ ਹਾਂਜੀ, ਅੱਧ ਨਾਲੋਂ ਵੱਧ ਅੰਗਰੇਜ਼ੀ ਬੋਲਦੇ ਤੇ ਕਹਿੰਦੇ ਕਰਦੇ ਹਾਂ ਸੇਵਾ ਮਾਂ ਬੋਲੀ ਦੀ, ਪੱਛਮੀ ਸਮਾਜ ਦੀ ਆ ਕਰਦੇ ਗੁਲਾਮੀ, ਵੇਖੋ ਸਾਦਗੀ ਕਿਵੇਂ ਆ ਪੈਰੀ ਰੋਲੀ ਦੀ, ਕਰੀ ਦੀ ਬਿਆਨ ਕਿਵੇਂ ਲੋਕਾਂ 'ਚ ਸੱਚਾਈ, ਕਰੀ ਦੀ ਬਿਆਨ ਕਿਵੇਂ ਗੀਤਾਂ 'ਚ ਸੱਚਾਈ, ਸਭੇ ਸਦਰਾਂ ਉਜਾੜ ਦਿੱਤੀਆਂ ਹੋ ਅੱਗ ਲਾਉਣੀਆਂ ਨੇ ਕਲਾਕਾਰੀਆਂ, ਜਿਹਨੇ ਨਸਲਾਂ ਵਿਗਾੜ ਦਿੱਤੀਆਂ ਹੋ ਅੱਗ ਲਾਉਣੀਆਂ ਨੇ ਕਲਾਕਾਰੀਆਂ, ਜਿਹਨੇ ਨਸਲਾਂ ਵਿਗਾੜ ਦਿੱਤੀਆਂ ਹੋ ਅੱਗ ਲਾਉਣੀਆਂ ਨੇ ਕਲਾਕਾਰੀਆਂ, ਹੋ ਜਿਹਨੇ ਨਸਲਾਂ ਵਿਗਾੜ ਦਿੱਤੀਆਂ। ਬਹੁਤ ਹੀ ਖੂਬਸੂਰਤ ਜੀ, ਤੁਸੀਂ ਆਪਣੇ ਸੌਂਗ ਦੇ ਰਾਹੀਂ ਇੱਕ ਸੋਸ਼ਲ ਮੈਸੇਜ ਦੇ ਰਹੇ ਹੋ ਜੀ। ਬਿਲਕੁਲ, ਅੱਜ ਕੱਲ ਦਾ ਯੂਥ ਜਿਹੜਾ ਉਹ ਸੋਸ਼ਲ ਮੈਸੇਜ ਨੂੰ ਘੱਟ ਸ਼ਾਇਦ ਪਸੰਦ ਕਰਦਾ, ਬਟ ਡੀਜੇ ਵਾਲੇ ਸੌਂਗ ਜਾਂ ਰੋਮਾਂਟਿਕ ਸੌਂਗ ਜ਼ਿਆਦਾ ਪਸੰਦ ਕਰਦਾ,
ਤੁਹਾਨੂੰ ਕਿਧਰੇ ਨਾ ਕਿਧਰੇ ਡਰ ਸੀ ਕਿ ਯੂਥ ਅਸੈਪਟ ਨਹੀਂ ਕਰੇਗਾ? ਨਹੀਂ ਮੈਮ, ਇਹੋ ਜਿਹੀ ਕੋਈ ਗੱਲ ਨਹੀਂ ਸੀ, ਕਿਉਂਕਿ ਮੈਂ ਉਸ ਟਾਈਮ 'ਚ ਲੰਘਿਆ ਹੋਇਆ ਹਾਂ ਨਾ, ਸ਼ਰੋਤੇ ਇਸ ਗੱਲ ਵਾਸਤੇ ਬਿਲਕੁਲ ਜ਼ਿੰਮੇਵਾਰ ਨਹੀਂ ਹੈ, ਕਿਉਂਕਿ ਮੈਂ ਜਿੰਨੇ ਕੁ ਇੰਟਰਵਿਊ ਸਿੰਗਰਸ ਰਾਈਟਰਸ ਦੇ ਦੇਖਦਾ ਉਹ ਸਾਰੇ ਇਹੀ ਕਹਿੰਦੇ ਆ ਵੀ ਸ਼ਰੋਤੇ ਇਹ ਚੀਜ਼ਾਂ ਲੱਭਦੇ ਆ, ਅਸੀਂ ਤਾਂ ਇਹ ਚੀਜ਼ਾਂ ਕਰਨੀਆਂ ਪੈਂਦੀਆਂ ਹੈ ਨਾ। ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਘਰੋਂ ਇਹ ਗੱਲ ਕਹਿ ਕੇ ਤੁਰਿਆ ਹੋਇਆ ਵੀ ਮੈਂ ਮਾਂ ਬੋਲੀ ਦੀ ਸੇਵਾ ਕਰਨੀ ਹੈ, ਜੇਕਰ ਤਾਂ ਉਹ ਬੰਦਾ ਇਹ ਸੋਚਦਾ ਵੀ ਦੁਨੀਆ ਜਿਹੋ ਜਿਹੀ ਚਾਹੁੰਦੀ ਹੈ ਅਸੀਂ ਉਹੋ ਜਿਹਾ ਕਰਾਂਗੇ, ਹੈ ਨਾ, ਇਹੋ ਜਿਹਾ ਫੰਡਾ ਹੁੰਦਾ ਨਹੀਂ ਵੈਸੇ, ਤਾਂ ਫਿਰ ਉਹ ਬੰਦਾ ਇਹ ਨਾ ਕਹੇ ਵੀ ਮੈਂ ਸੇਵਾ ਕਰਨ ਤੁਰਿਆ ਹੋਇਆ ਪੰਜਾਬੀ ਬੋਲੀ ਦੀ, ਹੈ ਨਾ, ਉਹ ਤਾਂ ਬਿਜ਼ਨਸ ਕਰਨ ਤੁਰਿਆ ਹੋਇਆ ਵੀ ਜਿਹਨੇ ਪਹਿਲਾਂ ਹੀ ਸੋਚਿਆ ਹੋਇਆ ਵੀ ਮੈਂ ਪੈਸੇ ਕਮਾਉਣੇ ਆ ਨਾ। ਹੁਣ ਸਾਡਾ ਅਸੀਂ ਇਹ ਗੀਤ ਕਲਾਕਾਰੀਆਂ ਕੀਤਾ, ਅਸੀਂ ਇਹ ਬਿਲਕੁਲ ਨਹੀਂ ਸੋਚਿਆ ਹੋਇਆ ਵੀ ਸਾਨੂੰ ਫੀਡਬੈਕ ਕਿੱਥੋਂ ਆਊਗੀ, ਵੀ ਸਾਨੂੰ ਅਸੀਂ ਪੈਸੇ ਲਾਏ ਹੈ ਵੀ ਇਨਕਮ ਕਿੱਥੋਂ ਆਊਗੀ। ਅਸੀਂ ਬਾਕੀ ਚਾਹੁੰਦੇ ਸੀ ਵੀ ਜਿਹੜੇ ਹਾਲਾਤ ਹੈਗੇ ਉਹਨਾਂ ਦੇ ਅਕੋਰਡਿੰਗ ਜਿਹੜੀ ਲੋਕ ਚਾਹੁੰਦੇ ਆ ਜੋ ਕੁਛ, ਕਿਉਂਕਿ ਅਸੀਂ ਵੀ ਤਾਂ ਗੀਤ ਕੀਤਾ ਹੈ, ਇਹ ਗੱਲਾਂ ਹੋ ਸਕਦੀਆਂ, ਹੈ ਨਾ, ਬਹੁਤ ਵੱਡੀ ਤਦਾਦ 'ਚ ਬਹੁਤ ਵੱਡੀ ਗਿਣਤੀ 'ਚ ਗੀਤ ਆ ਰਹੇ ਆ ਮਾਰਕੀਟ 'ਚ, ਅਤੇ ਜੇਕਰ ਸ਼ਰੋਤੇ ਸਾਰੇ ਸਿਆਣੇ ਆ, ਸ਼ਰੋਤੇ ਇਕੱਲੀ ਇਕੱਲੀ ਗੱਲ ਨੂੰ ਫੋਲੋ ਕਰਦੇ ਆ, ਜੇਕਰ ਸ਼ਰੋਤੇ ਸਾਰੇ ਹਿਪ ਹੋਪ ਜਾਂ ਫਿਰ ਉਹ ਵੈਸਟਰਨ ਕਲਚਰ ਵੱਲ ਨੂੰ ਨੱਠਦੇ ਹੁੰਦੇ ਜਾਂ ਉਹੀ ਸੁਣਦੇ ਹੁੰਦੇ, ਤਾਂ ਜਿਹੜੇ ਪੰਜਾਬੀ ਗਾਇਕੀ ਦੇ ਮੁੱਢ ਨੇ ਸਤਿੰਦਰ ਸਰਤਾਜ ਸਾਹਿਬ ਹੋ ਗਏ, ਮਾਨ ਸਾਹਿਬ ਹੋ ਗਏ, ਹੈ ਨਾ, ਅਤੇ ਵਡਾਲੀ ਹੋ ਗਏ, ਤਾਂ ਉਹ ਸਾਰੇ ਅੱਜ ਵੀ ਉਹਨਾਂ ਨੂੰ ਲੋਕ ਸੁਣਦੇ ਆ, ਅੱਜ ਵੀ ਜਦੋਂ ਉਹਨਾਂ ਦੇ ਖਾੜੇ ਹੁੰਦੇ ਆ ਤਾਂ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ, ਹੈ ਨਾ। ਇਹਦਾ ਮਤਲਬ ਇਹ ਹੈ ਕਿ ਪੰਜਾਬੀ ਗਾਇਕੀ ਨੂੰ, ਪੰਜਾਬੀ ਲੈਂਗੁਏਜ ਨੂੰ, ਪੰਜਾਬੀਅਤ ਨੂੰ ਲੋਕ ਮੁਹੱਬਤ ਕਰਦੇ ਆ, ਹੈ ਨਾ। ਉਹ ਕੁਛ ਕਲਾਕਾਰਾਂ ਨੇ ਯਾਨੀ ਕਿ ਯੂਥ ਹੈ ਜਿਹੜੀ ਆਪਣੇ ਮਗਰ ਲਾ ਕੇ ਮਾੜੇ ਪਾਸੇ ਨੂੰ ਤੋਰੀ ਹੋਈ ਹੈ, ਅਦਰਵਾਈਜ਼ ਇੱਦਾਂ ਦੀ ਕੋਈ ਗੱਲ ਨਹੀਂ ਵੀ ਲੋਕ ਉਹਨਾਂ ਚੀਜ਼ਾਂ ਦਾ ਡਿਫਰੈਂਸ ਜਿਹੜਾ ਨਹੀਂ ਸਮਝਦੇ, ਲੋਕ ਸਿਆਣੇ ਉਹ ਸਮਝਦੇ ਆ ਸਾਰੀ ਚੀਜ਼ਾਂ, ਕਿਉਂਕਿ ਸਾਨੂੰ ਕਲਾਕਾਰੀਆਂ ਗੀਤ ਨੂੰ ਜਿਹੜੀ ਇੰਨੀ ਮੁਹੱਬਤ ਮਿਲ ਰਹੀ ਹੈ, ਇਕੱਲਾ ਇਕੱਲਾ ਬੰਦਾ ਨਹੀਂ ਤਾਂ ਅੱਜ ਕੱਲ੍ਹ ਉਹ ਜਿਹੜੇ ਗੀਤ ਜਿਹੋ ਜਿਹੇ ਗੀਤ ਚੱਲਦੇ ਆ ਜ਼ਿਆਦਾ ਮਾਰਕੀਟ 'ਚ, ਉਹੋ ਜਿਹੇ ਗੀਤਾਂ ਦੇ ਵਿਊ ਆਉਂਦੇ ਆ, ਉਹ ਕਿਸੇ ਨੂੰ ਪੁੱਛੋ ਭਾਜੀ ਗੀਤ ਅੱਤ ਸਿਰਾ ਘੈਂਠ ਬਸ, ਪਰ ਸਾਡੇ ਗੀਤ ਵਾਸਤੇ ਲੋਕ ਲੰਬਾ ਲੰਬਾ ਲੰਬੀਆਂ ਲਾਈਨਾਂ ਲਿਖ ਕੇ ਸਾਨੂੰ, ਹੈ ਨਾ, ਫੀਡਬੈਕ ਦੇ ਰਹੇ, ਇਹਦਾ ਮਤਲਬ ਲੋਕ ਪਸੰਦ ਕਰਦੇ। ਬਿਲਕੁਲ, ਜਦੋਂ ਤੁਸੀਂ ਫਸਟ ਵੀਡੀਓ ਆਪਣੀ ਸ਼ੂਟ ਕੀਤੀ ਕਲਾਕਾਰ, ਜੀ ਜੀ, ਕਿੰਨਾ ਕੁ ਸਟਰਗਲ ਤੁਹਾਨੂੰ ਕਰਨਾ ਪਿਆ, ਕਿਹੜੀ ਕਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਮੁਸ਼ਕਲਾਂ ਮੈਮ ਸਭ ਤੋਂ ਪਹਿਲਾਂ ਤਾਂ ਨਾ ਇੰਡਸਟਰੀ ਦਾ ਹਾਲ ਇਹ ਹੋ ਗਿਆ ਵਾ ਵੀ ਇੱਥੇ ਜਿਹੜੀ ਫਾਈਨੈਂਸ਼ੀਅਲ ਦਿੱਕਤ ਸਭ ਤੋਂ ਵੱਡੀ ਹੈ ਨਾ, ਕਿਉਂਕਿ ਪੈਸੇ ਬਹੁਤ ਵੱਡੇ ਲੱਗਣ ਲੱਗੇ, ਐਕਚੁਅਲ 'ਚ ਉਨੇ ਪੈਸੇ ਖਰਚ ਨਹੀਂ ਹੁੰਦੇ, ਇਹ ਸਭ ਨੂੰ ਪਤਾ ਹੀ ਹੈ ਮਾਰਕੀਟ 'ਚ, ਨਹੀਂ ਜਿਹਨੂੰ ਨਹੀਂ ਪਤਾ ਉਹ ਵਿਚਾਰਾ ਜਦੋਂ ਤੱਕ ਪੈਸੇ ਲਾਉਂਦਾ ਨਹੀਂ, ਪਹਿਲਾਂ ਤਾਂ ਬੰਦੇ ਕੋਲ ਪੈਸੇ ਹੁੰਦੇ ਨਹੀਂ ਲਾਉਣ ਵਾਸਤੇ, ਉਹ ਜੇ ਕਿਤੋਂ ਅਫੋਰਡ ਕਰਕੇ ਲਾਉਂਦਾ ਪੈਸੇ ਤਾਂ ਉਹ ਜਦੋਂ ਲਾਉਂਦਾ ਉਦੋਂ ਉਹਨੂੰ ਪਤਾ ਲੱਗ ਜਾਂਦਾ ਵੀ ਨਹੀਂ ਯਾਰ ਕੰਮ ਤਾਂ 3 ਲੱਖ ਦਾ ਹੀ ਸੀ, 5 ਲੱਖ ਦਾ ਹੀ ਸੀ, ਵੀ ਲੱਗ ਗਿਆ ਯਾਰ 20 ਲੱਖ ਰੁਪਇਆ, ਹੈ ਨਾ, ਵੀ ਇਹ ਕਿਉਂ ਲੈ ਲਿਆ। ਔਰ ਜਦੋਂ ਜਿਹੜੇ ਅਨਨੋਨ ਫੇਸ ਨੇ ਜਿਹੜੇ ਮਾਰਕੀਟ ਦੇ ਚਿਹਰੇ ਨੇ ਜਿਹਨਾਂ ਨੂੰ ਅਸੀਂ ਐਕਚੁਅਲ ਆਪਣਾ ਆਈਡਲ ਮੰਨਿਆ ਹੁੰਦਾ, ਹੈ ਨਾ, ਅਸੀਂ ਸੋਚਦੇ ਹੁੰਦੇ ਹਾਂ ਅਸੀਂ ਸਿਰਫ ਉਹਦੀ ਸੀਰਤ ਅਤੇ ਸੂਰਤ ਉਹੀ ਦੇਖੀ ਹੁੰਦੀ ਹੈ ਜਿਹੜੀ ਅਸੀਂ ਟੀਵੀ 'ਤੇ ਦੇਖੀ ਵੀ ਹੁੰਦੀ ਹੈ, ਅਸੀਂ ਉਹਦਾ ਨਾਂ ਸੁਣ ਕੇ ਉਹਦੇ 'ਤੇ ਪੈਸੇ ਖਰਚਦੇ ਹਾਂ ਵੀ ਉਹਦੇ ਕੋਲੋਂ ਮਿਊਜ਼ਿਕ ਕਰਾ ਲਈਏ, ਉਹਦੇ ਕੋਲੋਂ ਅਸੀਂ ਵੀਡੀਓ ਕਰਾ ਲਈਏ, ਹੈ ਨਾ, ਅਤੇ ਇਸ ਕੰਪਨੀ ਤੋਂ ਅਸੀਂ ਆਹ ਕਰਵਾ ਲਈਏ, ਪਰ ਐਕਚੁਅਲ 'ਚ ਉਹ ਸਾਰੇ ਨਾ ਜ਼ਿਆਦਾਤਰ ਲੋਕ ਜਿਹੜੇ ਉਹ ਬਿਜ਼ਨਸ ਕਰਦੇ ਉਹ, ਅਤੇ ਫਿਰ ਜਿਹੜਾ ਬੰਦਾ ਫੜ ਫੜਾ ਕੇ ਪੈਸੇ ਲਾ ਕੇ ਇੱਕ ਅੱਧਾ ਗੀਤ ਕਰ ਵੀ ਲੈਂਦਾ ਵਿਚਾਰਾ, ਅਤੇ ਉਹ ਪਹਿਲਾਂ ਹੀ ਪੈਰੀ ਨਹੀਂ ਹੁੰਦਾ, ਉਹ ਬਾਅਦ 'ਚੋਂ ਜਮਾਂ ਹੀ ਨਹੀਂ ਵਿਚਾਰਾ ਪੈਰੀ ਰਹਿੰਦਾ ਜਦੋਂ ਬਾਅਦ 'ਚ ਪੈਸੇ ਇੰਨੇ ਵੱਡੇ ਲੱਗ ਜਾਂਦੇ, ਹੈ ਨਾ। ਅਤੇ ਸਾਨੂੰ ਫਾਈਨੈਂਸ਼ੀਅਲ ਦਿੱਕਤ ਤਾਂ ਸਭ ਤੋਂ ਵੱਡੀ ਸੀ ਮੈਮ, ਕਿਉਂਕਿ ਆਪ ਪਰਿਵਾਰ ਪਾਲਣੇ ਬੜੇ ਔਖੇ ਹੋਏ ਵੇ ਅੱਜ ਦਿਹਾੜੀ, ਹੈ ਨਾ, ਕਿਉਂਕਿ ਮੈਂ ਬਹੁਤ ਠੀਕ ਠਾਕ ਹੀ ਹੈ ਪਰਿਵਾਰ ਸਾਡਾ, ਕੰਮ ਕਰਕੇ ਘਰ ਚਲਾਉਣ ਵਾਲੇ ਬੰਦੇ ਹਾਂ, ਅਤੇ ਜਗਤਾਰ ਰਾਉਕੇ ਭਾਅ ਜੀ ਕੈਨੇਡਾ ਤੋਂ ਨੇ ਉਹ, ਅਤੇ ਵੱਡੇ ਬਾਈ ਹੈ ਸਾਡੇ ਉਹ, ਉਹਨਾਂ ਦੀ ਵੱਡੀ ਵੱਡੀ ਦੇਣ ਹੈ, ਕਿਉਂਕਿ ਉਹਨਾਂ ਨੇ ਚੰਗੇ ਪਾਸੇ ਨੂੰ ਸਾਨੂੰ, ਕਿਉਂਕਿ ਮੇਰੀ ਇੱਕ ਇੰਟਰਵਿਊ ਹੋਈ ਸੀ ਸੱਜਰੀ ਸਵੇਰ ਰੇਡੀਓ ਟੋਰਾਂਟੋ ਕੈਨੇਡਾ, ਉਹ ਪੰਕਜ ਭਾਈ ਅਤੇ ਸ਼ੰਮੀ ਭਾਅ ਜੀ ਉੱਥੇ ਉਹ ਹੋਸਟ ਕਰਦੇ, ਉਹਨਾਂ ਨੂੰ ਉਹਨਾਂ ਨੇ ਮੇਰੀ ਇੱਕ ਇੰਟਰਵਿਊ ਲਈ ਸੀ ਯੂਟਿਊਬ ਤੋਂ ਮੇਰੇ ਗੀਤ ਦੇਖ ਕੇ ਵੀ ਅੱਛਾ ਲਿਖਦਾ, ਹੈ ਨਾ, ਵੀ ਅੱਛਾ ਗਾਣਾ, ਫਿਰ ਉਹਨਾਂ ਦੇ ਗੀਤ ਤੋਂ ਮੈਨੂੰ ਗਾਹ ਜਦੋਂ ਉਹਨਾਂ ਨੇ ਮੇਰੀ ਇੰਟਰਵਿਊ ਕੀਤੀ, ਕਿਉਂਕਿ ਬੜਾ ਵੱਡਾ ਯੋਗਦਾਨ ਹੈ, ਜਦੋਂ ਤੁਸੀਂ ਸਟਰਗਲਰ ਬੰਦੇ ਦੀ ਇੰਟਰਵਿਊ ਕਰਨੀ ਬੜੀ ਵੱਡੀ ਗੱਲ, ਨਾਮਵਰ ਬੰਦਿਆਂ ਦੇ ਮਗਰ ਤਾਂ ਸਾਰੇ ਤੁਰੇ ਫਿਰਦੇ, ਹੈ ਨਾ, ਅਤੇ ਇੰਟਰਵਿਊ ਹੋਈ, ਉਹ ਤੋਂ ਬਾਅਦ ਜਗਤਾਰ ਰਾਉਕੇ ਭਾਈ ਦਾ ਫੋਨ ਆਇਆ, ਅਤੇ ਉਹਨਾਂ ਨੇ ਪੁੱਛਿਆ ਵੀ ਕੀ ਕਿਵੇਂ ਕਰਕੇ ਕੰਮ ਕਰਨਾ, ਵੀ ਦਿੱਕਤ ਕੀ ਹੈ, ਫਿਰ ਦੱਸਿਆ ਭਾਅ ਜੀ ਨੂੰ ਵੀ ਇੱਦਾਂ ਦਾ ਕਰਕੇ, ਅਤੇ ਬੜਾ ਵੱਡਾ ਜਿਗਰਾ ਬਾਈ ਦਾ, ਅਸੀਂ ਤਾਂ ਅੱਜ ਜੇ ਇੱਥੇ ਬੈਠੇ ਹਾਂ ਤਾਂ ਉਹਨਾਂ ਕਰਕੇ ਬੈਠੇ ਹਾਂ, ਹੈ ਨਾ, ਉਹਨਾਂ ਦਾ ਦੇਣ ਦੇ ਹੀ ਨਹੀਂ ਸਕਦੇ, ਕਿਉਂਕਿ ਇਨ ਫਿਊਚਰ ਸਾਨੂੰ ਬਹੁਤ ਓਪਰਚੁਨਿਟੀਆਂ ਮਿਲ ਰਹੀਆਂ ਕੰਮ ਦੀਆਂ, ਕੰਪਨੀਆਂ ਹੋਰ ਪ੍ਰਮੋਟਰ ਨੇ ਜਿਹੜੇ ਉਹ ਕਹਿ ਰਹੇ ਆ ਕੰਮ ਨੂੰ ਦੇਖ ਕੇ, ਪਰ ਵੱਡੀ ਤਾਂ ਗੱਲ ਉਹਨਾਂ ਦੀ ਹੈ ਵੀ ਜਿਹੜੀ ਜਿਨ੍ਹਾਂ ਨੇ ਜਦੋਂ ਕੋਈ ਵੀ ਨਹੀਂ ਸੀ ਨਾਲ ਸਟਾਰਟ ਕਰਵਾਇਆ ਜਿਨ੍ਹਾਂ ਨੇ, ਹੈ ਨਾ, ਅਤੇ ਉਹਨਾਂ ਦਾ ਦੇਣ ਤਾਂ ਦੇ ਹੀ ਨਹੀਂ ਸਕਦੇ ਸਾਰੀ ਉਮਰ, ਉਹਨਾਂ ਕਰਕੇ ਇੱਥੇ ਬੈਠੇ ਹਨ, ਅਤੇ ਵੱਡਾ ਬਾਈ ਜਗਤਾਰ ਰਾਉਕੇ, ਅਤੇ ਸਾਡਾ ਵੱਡਾ, ਕਿਉਂਕਿ ਉਹਨਾਂ ਲੋਕਾਂ ਦੀ ਬੜੀ ਲੋੜ ਹੈ ਮੈਮ, ਪੰਜਾਬ 'ਚ ਨਾ ਟੈਲੈਂਟ ਦੀ ਕੋਈ ਕਮੀ ਨਹੀਂ ਹੈ, ਬਹੁਤ ਚੰਗਾ ਲਿਖਣ ਵਾਲੇ ਬਹੁਤ, ਯਾਨੀ ਕਿ ਜੇ ਗਵਈਏ ਦੀ ਗੱਲ ਕਰੀਏ ਮੈਂ ਕਾਗਜ਼ ਤੱਕ ਵਾਲੇ ਕਰ ਲੈਂਦਾ ਮਾੜੇ ਮੋਟੇ, ਪਰ ਜੇ ਅਸੀਂ ਗਵਈਆਂ ਦੀ ਗੱਲ ਕਰੀਏ ਤਾਂ ਮੈਂ ਜਿਹੜੇ ਗਵਈਏ ਲੋਕ ਨੇ ਉਹਨਾਂ ਦੀ ਤਾਂ ਜੁੱਤੀ ਦੀ ਜਿਹੜੀ ਉਹ ਧੂੜ ਹੁੰਦੀ ਉਹਦੇ ਬਰਾਬਰ ਵੀ ਨਹੀਂ ਹੈ, ਹੈ ਨਾ, ਗਾਉਣਾ ਗਾਉਣਾ ਇਸ ਮਾਰਕੀਟ 'ਚ ਆ ਕੇ ਗਾਉਣ ਦੀ ਗੱਲ ਇਹ ਹੈ ਵੀ
ਤੇ ਪਲੱਸ ਉਹਨਾਂ ਨੂੰ ਇਹ ਵੀ ਹੁੰਦਾ ਵੀ ਫੀਡਬੈਕ ਕਿੱਥੋਂ ਹੋ ਗਈ, ਕਿਉਂਕਿ ਉਹ ਪਹਿਲਾਂ ਪੈਸੇ ਨੂੰ ਮੁੱਖ ਰੱਖ ਕੇ ਚੱਲਦੇ ਆ। ਅਤੇ ਜਗਤਾਰ ਭਾਈ ਦਾ ਧੰਨਵਾਦ ਹੈ ਕਿਉਂਕਿ ਉਹਨਾਂ ਨੇ ਸਾਨੂੰ ਇਹੀ ਗੱਲ ਕਹੀ ਸੀ ਵੀ ਤੁਸੀਂ ਅੱਛਾ ਮੈਸੇਜ ਦਿਓ, ਤੁਸੀਂ ਪੈਸੇ ਦੀ ਪਰਵਾਹ ਨਾ ਕਰਿਓ, ਵੀ ਕੋਈ ਗੱਲ ਨਹੀਂ ਆਪਾਂ ਪੈਸਾ ਨਹੀਂ ਕਮਾਉਣਾ, ਅਸੀਂ ਅੱਛਾ ਮੈਸੇਜ ਹੀ ਦੇਣਾ। ਅਤੇ ਸਾਡੀ ਜਿਹੜੀ ਸਾਰੀ ਟੀਮ ਉਹ ਤਿਆਰ ਹੋਈ, ਫਿਰ ਮੈਂ ਉਹ ਵੀਡੀਓ ਨੂੰ ਲੈ ਕੇ ਬੜੇ ਜਿਹੜੇ ਵੀਡੀਓ ਡਾਇਰੈਕਟਰ ਨੇ ਉਹਨਾਂ ਕੋਲ ਮੈਂ ਗੀਤ ਲੈ ਕੇ ਗਿਆ ਪਹਿਲਾਂ, ਲੱਕੀ ਨਾਗਰਾ ਭਾਅ ਜੀ ਜਿਹਨੇ ਮਿਊਜ਼ਿਕ ਕੀਤਾ, ਉਹ ਤੋਂ ਮਿਊਜ਼ਿਕ ਕਰਾ ਕੇ ਅਤੇ ਫਿਰ ਵੀਡੀਓ ਵਾਸਤੇ ਅਸੀਂ ਜਿਹੜੇ ਨਾਮਵਰ ਵੀਡੀਓ ਡਾਇਰੈਕਟਰ ਨੇ ਉਹਨਾਂ ਕੋਲ ਗਏ ਅਤੇ ਉਹਨਾਂ ਨੂੰ ਗੀਤ ਪਸੰਦ ਸੀ, ਬਟ ਕੰਸੈਪਟ ਜਿਹੜਾ ਉਹ ਮੈਂ ਕਹਿੰਦਾ ਸੀ ਭਾਅ ਜੀ ਵੀ ਕੰਸੈਪਟ ਇਹੋ ਜਿਹਾ ਕਰਨਾ ਸੀ ਹੈ ਨਾ, ਅਤੇ ਉਹ ਕਹਿੰਦੇ ਸੀ ਨਹੀਂ ਵੀ ਅਸੀਂ ਆਪਣੇ ਢੰਗ ਨਾਲ ਕਰਾਂਗੇ, ਅਤੇ ਮੈਂ ਕਿਹਾ ਭਾਅ ਜੀ ਨਹੀਂ ਵੀ ਅਸੀਂ ਚਾਹੁੰਦੇ ਹਾਂ ਵੀ ਜਿੱਥੇ ਸਾਡੇ ਬੋਲ ਨੇ ਜਿਹੜੇ ਇਕੱਲੇ ਇਕੱਲੇ ਚੱਲਦੇ ਨੇ ਹੈ ਨਾ, ਫਿਲਮਾਈਜ਼ ਵੀ ਉਸੇ ਤਰੀਕੇ ਨਾਲ ਕਰੀਏ। ਸਨੀ ਸਿੰਘ ਅਤੇ ਰਾਹੁਲ ਸ਼ੂਰ ਭਾਅ ਜੀ ਦੋਨੋਂ ਮਿਲੇ ਭਾਅ ਜੀ, ਉਹਨਾਂ ਨਾਲ ਗੱਲ ਹੋਈ ਅਤੇ ਚੱਲੀ, ਉਹ ਸਹਿਮਤ ਸੀ ਇਸ ਗੱਲ ਨਾਲ ਵੀ ਭਾਅ ਜੀ ਆਪਾਂ ਜਿੱਦਾਂ ਚਾਹੁੰਦੇ ਹਾਂ ਨਾ, ਅਸੀਂ ਸਾਰੇ ਨਵੇਂ ਹਾਂ, ਸਾਡੀ ਟੀਮ ਹੈ ਜਿਹੜੀ ਸਾਰੀ ਨਵੀਂ ਹੈ, ਅਤੇ ਸਾਨੂੰ ਬੜਾ ਵੱਡਾ ਹੌਸਲਾ ਜਿਹੜਾ ਉਹ ਸ਼ਰੋਤਿਆਂ ਨੇ ਦਿੱਤਾ ਵੀ ਜਿਹੜਾ ਸਾਡਾ ਕੀਤਾ ਹੋਇਆ ਗੀਤ, ਵੀਡੀਓ ਬਹੁਤ ਪਸੰਦ ਕੀਤਾ ਜਾ ਰਿਹਾ ਅਤੇ ਆਡੀਓ ਵੀ ਅਤੇ ਗਾਣ ਨੂੰ ਵੀ ਪਸੰਦ ਕਰੀ ਜਾਂਦੇ ਆ, ਅਤੇ ਸਾਡਾ ਸਾਰਾ ਜਿਹੜਾ ਯਾਨੀ ਕਿ ਗੀਤ ਜਿਹੜਾ ਸਾਰਾ ਮਟੀਰੀਅਲ ਇਕੱਠਾ ਹੋਇਆ, ਜਿਹੜਾ ਕਿ ਅਸੀਂ ਪ੍ਰੋਪਰ ਗੀਤ ਬਣਾਇਆ ਸੀ, ਕਿਉਂਕਿ ਜਦੋਂ ਕੋਈ ਕਮੀ ਪੇਸ਼ੀ ਨਹੀਂ ਤੁਹਾਨੂੰ ਦੱਸਦਾ, ਸਾਰੇ ਇਹ ਕਹਿੰਦੇ ਵੀ ਬਹੁਤ ਵਧੀਆ, ਤਾਂ ਉਹ ਇੱਕ ਸੰਪੂਰਨ ਗੀਤ ਹੋ ਜਾਂਦਾ ਨਾ, ਅਤੇ ਅੱਜ ਦੇ ਦਿਨ 'ਚ ਮਾਰਕੀਟ 'ਚ ਸੰਪੂਰਨ ਗੀਤ ਲੈਣਾ ਬੜਾ ਔਖਾ, ਅਤੇ ਸ਼ਰੋਤਿਆਂ ਦਾ ਤਾਂ ਦਿਲੋਂ ਧੰਨਵਾਦ ਹੈ ਵੀ ਅਸੀਂ ਜਿਹੜਾ ਸੋਚਿਆ ਸੀ ਵੀ ਤੁਹਾਡੀ ਝੋਲੀ ਅੱਛੀ ਗੱਲ ਪਾਵਾਂਗੇ ਤਾਂ ਉਹਨਾਂ ਨੇ ਕਬੂਲ ਲਿਓ ਜੀ ਜੀ। ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਜਿਹੜੇ ਪਹਿਲੇ ਸੌਂਗਸ ਆਉਂਦੇ ਸੀ ਤੇ ਜਿਹੜੇ ਹੁਣ ਦੇ ਟਾਈਮ ਦੇ ਸੌਂਗਸ ਆ ਰਹੇ, ਕਿੰਨਾ ਕੁ ਫਰਕ ਤੁਹਾਨੂੰ ਲੱਗਦਾ? ਫਰਕ ਮੈਮ ਜ਼ਮੀਨ ਅਸਮਾਨ ਦਾ, ਫਰਕ ਤਾਂ ਸਾਰਿਆਂ ਨੂੰ ਹੀ ਪਤਾ ਜੀ। ਤੁਸੀਂ ਅੱਜ ਕਿਸੇ ਮੈਚਿਓਰ ਬੰਦੇ ਨਾਲ ਗੱਲ ਕਰਕੇ ਦੇਖੋ ਵੀ ਕਿੰਨੀਆਂ ਉਹ ਗੱਲਾਂ ਸੁਣਾਉਂਦਾ ਹਨਾ, ਤੁਸੀਂ ਇੱਕ ਗੱਲ ਛੇੜੋ ਅਗਲਾ ਆਪੇ ਸਾਰੀਆਂ ਸੁਣਾਉਂਦਾ ਹਨਾ। ਅਤੇ ਪਹਿਲਾਂ ਜਦੋਂ ਗੀਤ ਆਉਂਦੇ ਸੀ ਉਹਦੀ ਇਕੱਲੀ ਇਕੱਲੀ ਗੱਲ ਦਾ, ਇਕੱਲੀ ਇਕੱਲੀ ਲਾਈਨ ਦਾ ਕੋਈ ਮਤਲਬ ਹੁੰਦਾ ਸੀ ਹੈ ਨਾ, ਅਤੇ ਅੱਜ ਕੱਲ੍ਹ ਤਾਂ ਕਈ ਗੀਤ ਹੀ ਇੱਦਾਂ ਦੇ ਆਉਂਦੇ ਉਹ ਜਿਵੇਂ ਮੈਂ ਕਿਹਾ ਕਿ ਅੱਧ ਨਾਲੋਂ ਵੱਧ ਅੰਗਰੇਜ਼ੀ ਬੋਲਦੇ ਅਤੇ ਕਹਿੰਦੇ ਕਰਦੇ ਹਾਂ ਸੇਵਾ ਮਾਹੌਲ ਹੈ ਨਾ, ਅਤੇ ਉਹਨਾਂ ਸਿੰਗਰਾਂ ਦੇ ਸਟੇਟਸ ਦੇਖ ਲਓ ਤੁਸੀਂ, ਫੇਸਬੁੱਕ ਚੈੱਕ ਕਰ ਲਓ ਅਤੇ ਉਹਨਾਂ ਦੇ ਅਕਾਊਂਟ ਕਿਸੇ ਵੀ ਪਾਸੇ ਜਾ ਕੇ ਚੈੱਕ ਕਰ ਲਓ ਨਾ, ਸੋਸ਼ਲ ਸਾਈਟ 'ਤੇ ਉਹ ਇੰਗਲਿਸ਼ ਨਾਲ ਹੀ ਭਰੇ ਹੋਏ ਆ ਨਾ, ਫਿਰ ਅਸੀਂ ਕਿੱਦਾਂ ਕਹਿ ਸਕਦੇ ਵੀ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ, ਕਿਉਂਕਿ ਹਰ ਇੱਕ ਬੰਦਾ ਕਹਿੰਦਾ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ, ਐਕਚੁਅਲ ਤਾਂ ਪੰਜਾਬੀ ਮਾਂ ਬੋਲੀ ਜਿਹੜੀ ਉਹ ਸਾਡੀ ਸੇਵਾ ਕਰ ਰਹੀ ਹੈ, ਜਿਹਦੇ ਨਾਲ ਸਾਡੇ ਘਰ ਚੱਲ ਰਹੇ ਹੈ ਨਾ, ਸਾਡੇ ਬੱਚੇ ਪੜ੍ਹ ਰਹੇ ਆ, ਜਿਹੜੇ ਸ਼ਰੋਤੇ ਆ ਸਾਡੇ ਉਹ ਆਪਣੇ ਖੂਨ ਪਸੀਨੇ ਦੀ ਕਮਾਈ ਨਾ, ਇੱਕ ਇੱਕ ਪੈਸੇ ਦੀ ਕਮਾਈ ਹੈ ਉਹਨਾਂ ਦੀ, ਸੋਸ਼ਲ ਮੀਡੀਆ ਜ਼ਰੀਏ ਜਾਂ ਟੀ ਵੀ 'ਤੇ ਸਾਨੂੰ ਦੇਖ ਕੇ ਜਾਂ ਪ੍ਰੋਗਰਾਮ ਦੇਖਦੇ ਹੋ ਨਾ, ਆਉਂਦੇ ਆ ਪੈਸੇ ਦੇ ਕੇ ਪ੍ਰੋਗਰਾਮ ਬੁੱਕ ਕਰਵਾਉਂਦੇ ਆ ਜਾਂ ਕਰਵਾਉਂਦੇ ਆ, ਅਖਾੜੇ ਲਵਾਉਂਦੇ ਆ ਨਾ, ਮੇਲੇ ਕਰਵਾ ਰਹੇ, ਉਹਨਾਂ ਦੀ ਕਮਾਈ ਨਾਲ ਸਾਡੇ ਘਰ ਚੱਲ ਰਹੇ ਆ, ਅਤੇ ਸਾਡਾ ਹੱਕ ਬਣਦਾ ਵੀ ਉਹਦੀ ਏਵਤ 'ਚ ਅਸੀਂ ਉਹਨਾਂ ਨੂੰ ਚੰਗੀਆਂ ਚੀਜ਼ਾਂ ਦਈਏ। ਜੇਕਰ ਉਹਨਾਂ ਦੀ ਕਮਾਈ ਖਾ ਕੇ ਅਸੀਂ ਉਹਨਾਂ ਦੇ ਬੱਚਿਆਂ ਨੂੰ ਗਲਤ ਰਸਤੇ ਪਾਉਣਾ ਤਾਂ ਫਿਰ ਉਹ ਮੇਰੇ ਹਿਸਾਬ ਨਾਲ ਲਾਹਣ ਵਾਲੀ ਗੱਲ ਜੀ, ਮਾੜੀ ਗੱਲ ਆ। ਬਿਲਕੁਲ ਜੀ। ਅੱਗੇ ਫਿਊਚਰ 'ਚ ਤੁਹਾਡੇ ਹੋਰ ਕਿਹੜੇ ਕਿਹੜੇ ਸੌਂਗਸ ਆ ਰਹੇ, ਕਿਹੜੇ ਪ੍ਰੋਜੈਕਟਸ ਲੈ ਕੇ ਆ ਰਹੇ ਹੋ? ਫਿਊਚਰ 'ਚ ਮੈਮ ਜਿਹੜੇ ਮੇਰੇ ਲਿਖੇ ਹੋਏ ਗੀਤ ਆ ਰਹੇ ਹੈ ਕਈ ਤਾਂ, ਅਤੇ ਇੱਕ ਫਿਲਮ ਆ ਰਹੀ ਹੈ ਬੂਟਾ ਸਿੰਘ ਸ਼ਾਦ ਸਾਹਿਬ ਦੀ ਲਿਖੀ ਹੋਈ ਹੈ ਕਹਾਣੀ, ਉਹ ਉਹਦੇ 'ਤੇ ਫਿਲਮ ਬਣ ਰਹੀ ਹੈ, ਉਹਦੇ 'ਚ 8 ਗੀਤ ਹੈ ਫਿਲਮ 'ਚ, ਫਿਲਮ ਦੇ 8 ਦੇ 8 ਗੀਤ ਮੇਰੇ ਲਿਖੇ ਹੋਏ ਹੈ। ਇੱਕ ਫਿਲਮ ਹੋਰ ਵੱਡੀ ਵੱਡੇ ਬੈਨਰ ਦੀ ਫਿਲਮ ਹੈ, ਉਹ ਮੈਂ ਕਿਸੇ ਵਜ੍ਹਾ ਕਰਕੇ ਨਾਂ ਨਹੀਂ ਦੱਸ ਸਕਦਾ ਨਾ। ਬਿਲਕੁਲ ਜੀ। ਅਤੇ ਉਹ 'ਚ 4 ਗੀਤ ਹੈ ਫਿਲਮ 'ਚ, ਅਤੇ 14-15 ਗੀਤ ਮੇਰੇ ਆਡੀਓ ਵੀਡੀਓ ਰੈਡੀ ਪਏ ਹੈ। ਇੱਕ ਬੜਾ ਅੱਛਾ ਗੀਤ ਗੁਰਦਾਸ ਮਾਨ ਸਾਹਿਬ ਦੀ ਸਿਫਤ ਕੀਤੀ ਹੋਈ ਹੈ, ਅਤੇ ਉਹ ਗੀਤ ਆ ਰਿਹਾ, ਡਫਲੀ ਸੌਂਗ ਦਾ ਟਾਈਟਲ ਹੈ ਜਿਹੜਾ, ਅਤੇ ਉਹ ਬੜਾ ਅੱਛਾ, ਮੈਂ ਜ਼ਰੂਰ ਸਥਾਈ ਸੁਣਾਊਂਗਾ ਉਹ। ਮਾਨ ਸਾਹਿਬ ਦੀ ਸਿਫਤ ਕੀਤੀ ਹੋਈ, ਉਹ 'ਚ ਹਾਕੀ ਬਣਦਾ ਉਹਨਾਂ ਦਾ, ਉਹਨਾਂ ਦੀ ਸਿਫਤ ਕਰੀ ਜਾਈਏ ਤਾਂ ਮੁੱਕਦੀ ਨਹੀਂ ਹੈ ਨਾ। ਉਹ ਸੀ ਕਿ ਮਾਣ ਪੰਜਾਬੀ ਬੋਲੀ ਦਾ ਤੇ ਦਾਸ ਗੁਰਾਂ ਦਾ ਬਣਿਆ, ਹਰ ਗੱਲ ਗਈ ਕਬੂਲੀ ਜੋ ਵੀ ਕਲਮ ਤੇਰੀ ਨੇ ਜਣਿਆ, ਮਾਣ ਪੰਜਾਬੀ ਬੋਲੀ ਦਾ ਤੇ ਦਾਸ ਗੁਰਾਂ ਦਾ ਬਣਿਆ, ਹਰ ਗੱਲ ਗਈ ਕਬੂਲੀ ਜੋ ਵੀ ਕਲਮ ਤੇਰੀ ਨੇ ਜਣਿਆ, ਸੌਦਾ ਸੱਚ ਦਾ ਵੇਚ ਰਿਹਾ, ਸੌਦਾ ਸੱਚ ਦਾ ਵੇਚ ਰਿਹਾ, ਸੌਦਾ ਸੱਚ ਦਾ ਵੇਚ ਰਿਹਾ, ਗੱਲਾਂ ਸੱਚੀਆਂ ਦਾ ਬਣਜਾਰਾ, ਜਦੋਂ ਡਫਲੀ ਜਦੋਂ ਡਫਲੀ ਜਦੋਂ ਡਫਲੀ ਵੱਜਦੀ ਏ ਸੋਹਣਿਆ ਨੱਚਦਾ ਏ ਜੱਗ ਸਾਰਾ, ਜਦੋਂ ਡਫਲੀ ਵੱਜਦੀ ਏ ਸੋਹਣਿਆ ਨੱਚਦਾ ਏ ਜੱਗ ਸਾਰਾ। ਬਹੁਤ ਹੀ ਸੋਹਣਾ ਜੀ, ਥੈਂਕ ਯੂ। ਜਾਂਦੇ ਹੋਏ ਸਾਡੇ ਦਰਸ਼ਕਾਂ ਲਈ ਜਾਂ ਯੂਥ ਲਈ ਕੋਈ ਸੁਨੇਹਾ? ਬਸ ਸੁਨੇਹਾ ਇਹੀ ਹੈ ਵੀ ਜੇਕਰ ਅਸੀਂ ਚੰਗਾ ਸੁਣਨ ਦੀ ਆਦਤ ਪਾਵਾਂਗੇ, ਜੇਕਰ ਅਸੀਂ ਚੰਗਾ ਸੁਣਾਂਗੇ, ਜਿਵੇਂ ਹੁਣ ਅਸੀਂ ਚੰਗੀ ਗੱਲ ਕੀਤੀ ਹੈ, ਹੋਰ ਬਹੁਤ ਲੋਕ ਨੇ ਜਿਹੜੇ ਲੱਗੇ ਹੋਏ ਇਸ ਪਾਸੇ ਨੂੰ ਹੈ ਨਾ, ਵੈਸੇ ਵੀ ਇੱਕ ਸੈਂਸਰ ਜਿਹੜਾ ਜੀ 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 ਉਹ ਹੁਣ ਅਸਲੇ ਵਾਲੀਆਂ ਗੱਲਾਂ 'ਤੇ ਜਿਹੜੀਆਂ ਨਸ਼ੇ ਵਾਲੀਆਂ ਗੱਲਾਂ ਉਹਨਾਂ 'ਤੇ ਰੋਕ ਲਾ ਰਿਹਾ ਨਾ, ਉਹ ਵਧਾਈ ਦੇ ਪਾਤਰ ਨੇ ਉਹ, ਕਿਉਂਕਿ ਬੜੇ ਨੁਕਸਾਨ ਹੋਏ ਇਹਨਾਂ ਗੱਲਾਂ ਨੂੰ ਸੁਣ ਸੁਣ ਕੇ। ਜਿਹੜੀ ਜਨਰੇਸ਼ਨ ਹੈ, ਜਨਰੇਸ਼ਨ ਨੂੰ ਅਸੀਂ ਆਪ ਹੀ ਵਿਗਾੜ ਰਹੇ ਹਾਂ ਨਾ ਜੀ, ਜਨਰੇਸ਼ਨ ਦਾ ਕੋਈ ਕਸੂਰ ਨਹੀਂ ਹੈ, ਬੱਚਿਆਂ ਨੂੰ ਤਾਂ ਜੋ ਕੁਛ ਅਸੀਂ ਦੇਵਾਂਗੇ ਉਹ ਕੁਛ ਐਕਸੈਪਟ ਕਰਨਗੇ ਨਾ ਉਹ, ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ, ਖਾਸ ਕਰਕੇ ਜਿਹਨਾਂ ਸਿਰ ਜ਼ਿੰਮੇਵਾਰੀਆਂ ਬਣ ਜਾਂਦੀਆਂ, ਜਿਹੜੇ ਗਾਇਕ ਨੇ ਜਾਂ ਗੀਤਕਾਰ ਨੇ
ਉਹ ਜ਼ਰੂਰ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ, ਪੰਜਾਬੀ ਦੀ ਗੱਲ ਕਰਨ, ਪੰਜਾਬੀ ਚ ਹੀ ਗੱਲ ਕਰਨ, ਪੰਜਾਬੀ ਰਹਿਣ ਉਹ। ਜੇਕਰ ਉਹ ਪੰਜਾਬੀ ਰਹਿਣਗੇ ਤਾਂ ਪੰਜਾਬੀ ਬਚੀ ਰਹੂਗੀ, ਹੈ ਨਾ। ਤੇ ਜੇਕਰ ਉਹ ਉੱਪਰੋਂ ਇੱਕ ਪਹਿਰਾਵਾ ਪੰਜਾਬੀ ਦਾ ਤੇ ਅੰਦਰੋਂ ਪੰਜਾਬੀ ਹੈ ਨਹੀਂ, ਫਿਰ ਉਹ ਮਾੜੀ ਗੱਲ ਹੈ ਨਾ, ਉਹ ਆਉਣ ਵਾਲੇ ਸਮੇਂ ਚ ਫਿਰ ਨੁਕਸਾਨਦਾਇਕ ਸਾਬਤ ਹੋਊਗੀ। ਕਿਉਂਕਿ ਮੈਂ ਇਹ ਗੱਲ ਕਹਿੰਦਾ ਉਹਨਾਂ ਦੀ, ਜਿਹੜੇ ਅੱਜ ਕੱਲ੍ਹ ਪੰਜਾਬੀ ਨੂੰ ਛੱਡ ਕੇ ਦੂਜੇ ਪਾਸੇ ਸਿੰਗਰ ਤੁਰੇ ਹੋਏ ਆ ਨਾ ਵੈਸਟਰਨ ਵਾਲੇ ਪਾਸੇ ਨੂੰ, ਵੀ ਮੈਂ ਤਾਂ ਆਪਣੇ ਬੱਚਿਆਂ ਨੂੰ ਹੋ ਸਕਦਾ ਕਿਤੇ ਨਾ ਕਿਤੇ ਜਾ ਕੇ ਰੋਕ ਲਵਾਂ ਵੀ ਫਲਾਣਾ ਗੀਤ ਚੱਲ ਰਿਹਾ ਟੀਵੀ ਤੇ ਤੁਸੀਂ ਨਹੀਂ ਦੇਖਣਾ। ਪਰ ਜਿਹੜੇ ਉਹ ਲੋਕ ਨੇ ਜਿਹੜੇ ਉਹ ਚੀਜ਼ਾਂ ਕਰ ਰਹੇ ਨੇ, ਉਹਨਾਂ ਚੀਜ਼ਾਂ ਨੂੰ ਹੰਡਾ ਰਹੇ ਨੇ ਆਪਣੇ ਤੇ, ਉਹ ਆਪਣੇ ਬੱਚਿਆਂ ਨੂੰ ਨਹੀਂ ਰੋਕ ਸਕਦੇ ਵੀ ਜੀ ਮੇਰਾ ਗੀਤ ਆ ਰਿਹਾ ਪੁੱਤ ਮੇਰਾ ਗੀਤ ਨਾ ਦੇਖੀ, ਬਿਲਕੁਲ, ਹੈ ਨਾ। ਤੇ ਫਿਰ ਉਹਨਾਂ ਚੀਜ਼ਾਂ ਦਾ ਨੁਕਸਾਨ ਵੀ ਉਹਨਾਂ ਨੂੰ ਜ਼ਿਆਦਾ ਹੋਊਗਾ, ਹੈ ਨਾ। ਤਾਂ ਜ਼ਰੂਰ ਪੰਜਾਬੀ ਮਾਂ ਬੋਲੀ ਦੀ ਜਿਹੜੀ ਅਸੀਂ ਗੱਲ ਕਹਿੰਦੇ ਹਾਂ, ਜਵਾਨ ਤੋਂ 24 ਘੰਟੇ ਕਹਿੰਦੇ ਰਹਿੰਦੇ ਹਾਂ, ਤੇ ਮਾਂ ਤਾਂ ਮਾਂ ਹੀ ਹੁੰਦੀ ਹੈ ਨਾ, ਜੇ ਜਦੋਂ ਮਾਂ ਹੀ ਕਹਿਤਾ ਫਿਰ ਉਹਦੇ ਨਾਲ ਕਾਹਦੀਆਂ ਦਗੇਬਾਜ਼ੀਆਂ, ਹੈ ਨਾ। ਤੇ ਜ਼ਰੂਰ ਪੰਜਾਬੀ ਨੂੰ ਸੰਭਾਲਣਾ ਚਾਹੀਦਾ ਸਭ ਨੂੰ, ਤੇ ਸਰੋਤਿਆਂ ਨੂੰ ਚਾਹੀਦਾ ਕਿ ਪੰਜਾਬੀ ਜਿਹੜੀ ਉਹਨੂੰ ਬਚਾ ਕੇ ਰੱਖਣ, ਉਹਨੂੰ ਸੁਣਨ, ਪਿਆਰ ਕਰਨ ਪੰਜਾਬੀ ਨੂੰ। ਜੀ ਬਿਲਕੁਲ ਜੀ। ਸੰਜੂ ਜੀ, ਤੁਸੀਂ ਸਾਡੇ ਸ਼ੋਅ ਵਿੱਚ ਆਏ, ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਉਹਦੇ ਲਈ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ। ਮੈਂ ਅਰਵਿੰਦਰ ਗਰੋਵਰ ਜੀ ਤੇ ਅਰਸ਼ਮਾਨਕ ਗਰੋਵਰ ਜੀ ਦਾ ਬੜਾ ਧੰਨਵਾਦੀ ਹਾਂ, ਜਿਨ੍ਹਾਂ ਨੇ ਇੱਥੇ ਸੱਦ ਕੇ ਇੰਨਾ ਮਾਣ ਦਿੱਤਾ। ਮਿਹਰਬਾਨੀ, ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।